ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗਿਲਜ ਮੈਂਟਰ ਦੇ ਅਫੀਸ਼ੀਅਲ YouTube ਚੈਨਲ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਜਿੱਥੇ ਵੀ ਹੋਵੋਗੇ ਠੀਕ-ਠਾਕ ਹੋਵੋਗੇ ਪਰ ਫਿਲਹਾਲ ਮੈਂ ਵੀ ਠੀਕ ਹੋ ਰਿਹਾ ਹਾਂ ਆਵਾਂਗੇ ਮੈਦਾਨ 'ਚ ਠੀਕ ਹੈ ਤੇ ਪੂਰੇ ਵੱਟ ਕੱਢ ਦਾਂਗੇ ਮੈਂਸੂਰੇਸ਼ਨ ਦੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਪਟਵਾਰੀ ਕ੍ਰੈਸ ਕੋਰਸ ਇਹ ਚੱਲ ਰਿਹਾ ਹੈ ਔਰ ਪੰਜਾਬ ਪਟਵਾਰੀ ਔਰ ਕਾਨਗੋ ਪੇਪਰ ਦੀ ਤਿਆਰੀ 'ਚ ਜੋਰਾ-ਸ਼ੋਰਾ ਨਾਲ ਬਹੁਤ ਜ਼ਿਆਦਾ ਬੱਚੇ ਲੱਗੇ ਹੋਏ ਨੇ ਔਰ ਅੱਜ ਦੇ ਇਸ ਸੈਸ਼ਨ ਦੇ ਵਿੱਚ ਮੈਂ ਤੁਹਾਨੂੰ ਨਹੀਂ ਕਹਾਂਗਾ ਕਿ ਚੈਨਲ ਨੂੰ ਲਾਈਕ ਕਰੋ ਸੈਸ਼ਨ ਸ਼ੇਅਰ ਕਰੋ ਬਿਲਕੁਲ ਵੀ ਨਹੀਂ ਕਹਾਂਗਾ ਤੁਸੀਂ ਤੱਕੇ ਨਾਲ ਇੱਕ ਕਰੋਗੇ ਕਿਉਂਕਿ ਤੁਹਾਡੇ ਅੰਦਰੋਂ ਤੱਕੇ ਵੱਜਣਗੇ ਕਿਉਂਕਿ ਮੈਂ ਤੁਹਾਨੂੰ ਅੱਜ ਇੱਕ ਛੋਟੀ ਜੀ ਬਲਕਿ ਟ੍ਰਾਇਲ ਦਿਖਾਵਾਂਗਾ ਔਰ ਪਿਕਚਰ ਤਾਂ ਬਾਕੀ ਹੈ ਜਿਵੇਂ ਦੋਸਤੋ ਤੁਹਾਨੂੰ ਮੈਂ ਹਰ ਬਾਰ ਕਹਿੰਨਾ ਹੈ ਕਿ ਇਸ ਚੈਨਲ ਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਠੀਕ ਹੈ ਟ੍ਰਿਕਸ ਦੇ ਬਹੁਤ ਸਾਰੇ ਗੱਟੇ ਬੋਰੀਆਂ ਭਰ ਕੇ ਨਾ ਤੇ ਸੂਬੇ ਨਾਲ ਸਿਉਂ ਕਿ ਉਹਨਾਂ ਨੂੰ ਰੱਖਦਾ ਸੀਗਾ ਪਰ ਥੋੜਾ ਜਿਹਾ ਵੇਚਣਾ ਅੱਜ ਇੱਕ ਸਾਈਡ ਤੋਂ ਥੋੜੀ ਜੀ ਮੋਰੀ ਕਰਕੇ ਤੇ ਇੱਕ ਟ੍ਰਿਕ ਕੱਢੀ ਹੈ ਮੈਂ ਕਿਹਾ ਵੀ ਬੱਚੇ ਪਰੇਸ਼ਾਨ ਹੋ ਰਹੇ ਹੈ ਖਾਸ ਤੌਰ ਤੇ ਕਈ ਕਹਿ ਦਿੰਦੇ ਸਰ ਪਲੀਜ਼ ਇੱਕ ਟ੍ਰਿਕ ਦਿਖਾ ਦਿਓ ਦੋਸਤੋ ਅੱਜ ਦਾ ਜੋ ਸੈਸ਼ਨ ਹੋਏਗਾ ਨਾ ਬਹੁਤ ਹੀ ਖੂਬਸੂਰਤ ਲਾਜਵਾਬ ਹੋਏਗਾ ਜੇ ਸੈਸ਼ਨ ਦੇ ਵਿੱਚ ਟ੍ਰਿਕ ਤੁਹਾਨੂੰ ਪਸੰਦ ਨਾ ਆਵੇ ਤੇ ਮੈਂ ਤੁਹਾਨੂੰ ਵੱਡੇ ਤੋਂ ਵੱਡੇ ਸਵਾਲ ਬਿਨਾ ਪੈਨ ਬਿਨਾ ਪੇਪਰ ਬਿਨਾ ਕਾਪੀ ਨਾ ਕਰਾਵਾ। ਤੁਸੀਂ ਮੇਰਾ ਸੈਸ਼ਨ ਦੇਖਣੋਂ ਹੀ ਬੰਦ ਕਰ ਦਿਓ। ਔਰ ਇਸ ਟ੍ਰਿਕ ਦਾ ਨਾਮ ਹੈ ਟ੍ਰਿਕ ਦੀ ਡੋਜ ਕੋਕਾ ਟ੍ਰਿਕ। ਠੀਕ ਹੈ? ਟ੍ਰਿਕ ਦੀ ਡੋਜ ਕੋਕਾ ਟ੍ਰਿਕ ਹੋਏਗੀ ਔਰ ਬਹੁਤ ਹੀ ਜ਼ਬਰਦਸਤ ਟ੍ਰਿਕ ਹੋਏਗੀ। ਮੈਨਸ਼ੂਰੇਸ਼ਨ ਦੇ ਸਭ ਤੋਂ ਧਾਕੜ ਕੁਐਸਚਨ ਜਿਹੜੇ ਕਿ ਪੇਪਰ ਦੇ ਵਿੱਚ ਆਪਣਾ ਟਾਈਮ ਜ਼ਿਆਦਾ ਲੈਂਦੇ ਨੇ, ਪਰੇਸ਼ਾਨ ਕਰਦੇ ਨੇ ਜਿੰਨਾ ਸਵਾਲਾਂ ਨੂੰ ਮੈਂ ਤੁਹਾਨੂੰ ਪਿੱਛੇ ਲਗਭਗ 13 ਸ਼ਿਫਟਾਂ ਦੇ ਵਿੱਚ ਕਰਾ ਚੁੱਕੇ ਐ ਔਰ ਇਹਨਾਂ ਦੇ ਵਿੱਚੋਂ ਮੈਂ ਕੁਝ ਕੁਐਸ਼ਨਸ ਚੁੱਕੇ ਨੇ ਔਰ ਇੱਥੇ ਮੈਂ ਤੁਹਾਨੂੰ ਟ੍ਰਿਕ ਕਰਾਵਾਂਗਾ ਬਰਹਾਲ ਇਹ ਟ੍ਰਿਕ ਦਾ ਮਤਲਬ ਕੀ ਹੈ ਜਿਵੇਂ ਕਿ ਤੁਹਾਡੇ ਚ ਬਹੁਤੇ ਸਟੂਡੈਂਟਸ ਨੂੰ ਪਤਾ ਹੋਵੇਗਾ ਜਿਹੜੇ ਕਿ ਮੇਰੇ ਨਾਲ ਪ੍ਰੀਵੀਅਸ ਸੈਸ਼ਨਸ ਦੇ ਨਾਲ ਜੁੜੇ ਹੋਏ ਐ ਜੋ ਕਿ ਮੈਨੂੰ ਬਹੁਤ ਸਾਰੇ ਮੇਰੇ ਟੀਚਿੰਗ ਜੋ ਮੇਰਾ ਮੈਥਡ ਹੈ ਉਸ ਨੂੰ ਪਿਆਰ ਮੁਹੱਬਤ ਕਰ ਰਹੇ ਨੇ ਦੋਸਤੋ ਦੇਖੋ ਹਰ ਇੱਕ ਕਨਸੈਪਟ ਦੇ ਵਿੱਚ ਜਿਵੇਂ ਕਿ ਆਪਾਂ 2D ਲਵਾਂਗੇ ਜਾਂ ਆਪਾਂ 3D ਲਵਾਂਗੇ 2D ਔਰ 3D ਦੇ ਕੁਐਸਚਨ ਦੇ ਵਿੱਚ ਜਦੋਂ ਮਿਕਸ ਹੋ ਜਾਂਦਾ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਕਿ ਸਰਕਲ ਦੇ ਕੁਐਸਚਨ ਮਿਕਸ ਹੋ ਜਾਣਗੇ ਠੀਕ ਹੈ ਚਾਹੇ ਉਹ ਸਿਲੰਡਰ ਹੈ ਚਾਹੇ ਕਿਊਬ ਇਹਨਾਂ ਪ੍ਰਕਾਰ ਦੇ ਕੁਐਸਚਨਸ ਨਾਲ ਜਿੱਥੇ ਕਿ ਕਨਸਰਨ ਪਾਈ ਦਾ ਹੋਏਗਾ ਪਾਈ ਦਾ ਮਤਲਬ ਹੁੰਦਾ ਹੈ 22/7 ਠੀਕ ਹੈ ਔਰ 22 ਨੂੰ ਇੱਕ ਇਹੋ ਜੀ ਵੈਲਿਊ ਹੈ ਜੋ ਡਿਵਾਈਡ ਕਰਕੇ ਡਾਇਰੈਕਟ ਹੁੰਦੀ 11 ਮਤਲਬ 11 ਦੁਨਾ 22 ਹੈ ਈਵਨ ਕਿ ਕਟ ਛੋਟੀ ਤੋਂ ਛੋਟੀ ਵੈਲਿਊ ਕੀ ਹੈ ਦੋ ਵੀ ਹੈ ਬਟ ਦੋਨੋਂ ਕਨਸਰਨ ਨਹੀਂ ਕੀਤਾ ਜਾਂਦਾ ਕਿਉਂਕਿ ਦੋ ਇੱਕ ਈਵਨ ਨੰਬਰ ਇੱਕ ਆਡ ਨੰਬਰ ਦੇ ਵਿੱਚ 11 ਕਿਹੋ ਜਿਹਾ ਨੰਬਰ ਹੈ ਯਾਪਾ ਕਵਾਂਗੇ 7 ਕਿਹੋ ਜਿਹਾ ਨੰਬਰ ਹੈ ਜੋ 7 ਨੂੰ ਡਿਵਾਈਡ ਕਰੇਗਾ ਬਟ 11 ਹੈ ਉਹ 22 ਨੂੰ ਡਿਵਾਈਡ ਕਰੇਗਾ ਦੋਸਤੋ ਅੱਜ ਦਾ ਸੈਸ਼ਨ ਜ਼ਬਰਦਸਤ ਔਰ ਬੜਾ ਹੀ ਖਤਰਨਾਕ ਹੋਏਗਾ ਆਪਾਂ ਇੱਕ ਕੰਮ ਕਰਦੇ ਹਾਂ ਇੱਕ ਕੁਐਸਚਨ ਲੈਨੇ ਆਂ ਔਰ ਇਸ ਕੁਐਸਚਨ ਨੂੰ ਕਰਦੇ ਆਂ ਸਵਾਲ ਤੁਹਾਨੂੰ ਕੀ ਪੁੱਛਿਆ ਗਿਆ ਵੋਲਿਊਮ ਆਫ ਰਾਈਟ ਸਰਕੂਲਰ ਸਿਲੰਡਰ ਹੂਜ਼ ਹਾਈਟ ਕਿੰਨੀ ਹੈ 40 ਸੈਂਟੀਮੀਟਰ ਹੈ ਐਂਡ ਦਾ ਸਰਕਮਫਰੈਂਸ ਆਫ ਬੇਸ ਕਿੰਨਾ 68 ਸੈਂਟੀਮੀਟਰ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਾਪਸ ਤੋਂ ਇੱਕ ਕੁਐਸਚਨ ਸਮਝਾ ਦਿੰਨਾ ਦੋਸਤੋ ਵੀ ਹੈਵ ਅ ਹਾਈਟ ਫੋਰ 40 ਸੈਂਟੀਮੀਟਰ ਹੈ ਐਂਡ ਹੇਅਰ ਇਜ਼ ਸਰਕਮਫਰੈਂਸ ਸੋ ਯੂ نو ਵੈਰੀ ਵੈਲ ਕਿ ਸਰਕਮਫਰੈਂਸ ਦਾ ਰੂਲ ਕੀ ਹੁੰਦਾ ਆਪਣੇ ਕੋਲੇ ਹੁੰਦਾ 2 पाई r ਜੇ ਮੈਂ r ਨੂੰ ਇੱਥੇ ਬਾਹਰ ਲੈ ਲਾਂ ਤਾਂ ਦੋਸਤੋ ਮੇਰੇ ਕੋਲੇ ਕੀ ਬਣ ਜਾਏਗਾ 2 पाई c ਹੋ ਜਾਏਗਾ ਐਗਜੈਕਟਲੀ ਹੋ ਜਾਏਗਾ ਯਾ ਪਰ ਇਹ ਵੀ ਕਹਿ ਸਕਦੇ ਕਿ C/2π ਹੋ ਜਾਏਗਾ ਕੋਈ ਦਿੱਕਤ ਨਹੀਂ ਹੈ ਚਲੋ ਹੁਣ ਆਪਾਂ ਇੱਥੇ ਵੋਲਿਊਮ ਕੱਢਣਾ ਹੈ ਵੋਲਿਊਮ ਕਿਦਾ ਸਿਲੰਡਰ ਦਾ ਹੈ ਔਰ ਤੁਹਾਨੂੰ ਸਿਲੰਡਰ ਦੇ ਸਿਲੰਡਰ ਦੇ ਦੋਸਤੋ ਇੱਕ ਚੀਜ਼ ਯਾਦ ਰੱਖਣਾ ਸਿਲੰਡਰ ਦਾ ਵੋਲਿਊਮ ਦਾ ਰੂਲ ਕੀ ਹੈ ਵੋਲਿਊਮ ਦਾ ਰੂਲ ਹੁੰਦਾ ਹੈ ਕਿ 2πr ਬਲਕਿ ਹਾਂ r²h ਹੁੰਦਾ ਹੈ r²h ਹੋ ਜਾਏਗਾ ਆਪਣੇ ਕੋਲ ਠੀਕ ਹੈ ਹੁਣ ਆਪਾਂ ਇੱਥੋਂ ਕਰਨਾ ਕੀ ਹੈ ਕਨਸੈਪਟ ਨੂੰ ਫੜਨਾ ਹੈ ਔਰ ਇਹਦੇ ਤਰੀਕੇ ਨਾਲ ਚੱਲਣਾ ਹੈ 2 ਨਹੀਂ ਹੋਏਗਾ πr²h ਹੁਣ π ਦਾ π ਹੋਇਆ r ਦੀ ਵੈਲਿਊ ਇੱਥੇ ਆਪਣੇ ਕੋਲੇ ਕੀ r ਮੀਨਸ ਆਪਾਂ ਕੀ ਚੁੱਕਿਆ ਸੀਗਾ c/2π ਔਰ ਇਹਨਾਂ ਦਾ ਬ੍ਰੈਕਟ ਬੰਦ 홀 ਸਕੁਅਰ ਕਿਉਂਕਿ ਆਲਰੇਡੀ ਔਰ h ਨੂੰ h ਲਿਖ ਦਿੱਤੇ ਨੇ ਆਪਾਂ ਦੇਖੋ ਇੱਥੇ π ਨੂੰ π ਲਿਖਾਂਗੇ ਇਹਦਾ ਮਤਲਬ ਹੋ ਗਿਆ c² ਆਪਣੇ ਕੋਲੇ 2 2 ਕਿੰਨਾ ਹੋ ਜਾਏਗਾ 4 ਹੋ ਜਾਏਗਾ ਔਰ π ਕੀ ਹੋ ਜਾਏਗਾ π ਔਰ h ਬਾਹਰ ਹੈ ਜੋ ਸੇਮ ਟੂ ਸੇਮ ਆ ਜਾਏਗਾ ਦੋਸਤੋ a ਪਾਈ ਨਾਲ ਪਾਈ ਕੱਟਿਆ ਗਿਆ ਤੁਸੀਂ ਲਿਖੋਗੇ ਉੱਪਰ c² ਅਪੋ ਇੰਟੂ h 2 ਦੋਣੀ 4 ਕੀ ਆ ਜਾਏਗਾ ਪਾਈ ਆ ਜਾਏਗਾ ਹੁਣ ਦੇਖੋ c ਦੀ ਵੈਲਿਊ ਕਿੰਨੀ ギਵਨ ਹੈ c ਫਾਰ ਸਰਕਮਫਰੈਂਸ ਕਿੰਨਾ ギਵਨ ਸੀ 60 ギਵਨ ਸੀ ਸੌਰੀ 68 ギਵਨ ਸੀ ਤੁਸੀਂ ਦੋਸਤੋ ਇੱਥੇ 68 ਲਿਖੋਗੇ ਤੁਸੀਂ 68 ਲਿਖੋਗੇ ਤੁਸੀਂ 40 ਲਿਖੋਗੇ ਤੁਸੀਂ ਕਿੰਨਾ ਲਿਖੋਗੇ 4 ਪਾਈ ਦਾ ਮਤਲਬ 22 ਇੱਥੇ ਅਗਰ 7 ਇੱਥੇ ਆ ਗਿਆ ਮੇਰੇ ਦੋਸਤੋ ਕਨਸੈਪਟ ਸਮਝਣਾ ਹੈ ਆ ਕਨਸੈਪਟ ਸਮਝ ਆ ਗਿਆ ਤੁਸੀਂ ਮੈਨਸ਼ਰੇਸ਼ਨ 'ਚ ਕਦੇ ਧੋਖਾ ਕਦੇ ਮਾਰ ਨਹੀਂ ਖਾਓਗੇ ਮੈਂ ਆਲਰੇਡੀ ਤੁਹਾਡੇ ਨਾਲ ਜ਼ਿਕਰ ਕਰ ਚੁੱਕਿਆ ਕਿ SSC CGL ਬਾਰੇ ਕੌਣ ਨਹੀਂ ਜਾਣਦਾ ਸਭ ਨੂੰ ਪਤਾ ਹੈ CGL ਮੈਂ 4 ਟਾਈਮ ਕ੍ਰੈਕ ਕੀਤਾ ਹੈ ਠੀਕ ਹੈ ਇਸ ਕਰਕੇ ਦੋਸਤੋ ਮੇਰੇ ਕੋਲ ਜਿੰਨੇ ਵੀ ਮੈਥਡਸ ਹੱਥ ਕੰਡੇ ਫੰਡੇ ਲੌਜਿਕ ਨੇ ਮੈਂ ਜੀ ਜਾਣਨਾ ਮੇਰੇ ਸਟੂਡੈਂਟਸ ਦੇ ਨਾਲ ਸਾਂਝੇ ਕਰਦਾਗਾ ਔਰ ਮੇਰੀ ਗਾਰੰਟੀ ਹੈ ਜੇ ਕੰਮ ਸਹੀ ਤਰੀਕੇ ਨਾਲ ਕਰੋਗੇ ਨਾ ਤਾਂ تیر ਨਿਸ਼ਾਨੇ ਤੇ ਲੱਗੇਗਾ थोड़ा मैं ये तरीका ऑलरेडी करवा चुका है बैठ हो गया इदा कटो को मल्टीप्लाई करने लास्ट डिजिट चुक लो कि सात या इक्की इक्की त्रेट इट मीनस है लास्ट यानी लगभग इक्की तिया हाँ त्रेट या बयाली तीन दूरी छे इंटू दो करो तो ऑलमोस्ट साठ आ रहा है यह तरीका मैं सुक है ना ਤਾਂ ਤੁਹਾਨੂੰ ਪਤਾ ਹੈ ਕਿ ਮਲਟੀਪਲਾਈ ਪੂਰਾ ਨਹੀਂ ਕਰਨਾ 60 ਕੀ ਦੇ ਆ ਰਿਹਾ অপਸ਼ਨ ਨੰਬਰ 4 ਦੇ ਆ ਰਿਹਾ ਬਟ ਇਹ ਮੇਰਾ ਲੌਜੀਕਲ ਵੀ ਹੈ ਟ੍ਰਿਕ ਕੀ ਕਹਿੰਦੀ ਹੈ ਟ੍ਰਿਕ ਦੀ ਡੋਜ ਇਹ ਕਹਿੰਦੀ ਹੈ ਨੋਟ ਕਰ ਲਓ ਯਾਰ ਪੂਰੀ ਮੈਥਮੈਟਿਕਸ ਦੇ ਅੰਦਰ ਤੁਹਾਡੀ ਆਰ ਐਸ ਅਗਰਵਾਲ ਤੁਹਾਡੀ ਕਿਰਨ ਵਿਰਣ ਜਿੰਨੀਆਂ ਵੀ ਨੇ ਤੁਹਾਨੂੰ ਕਿਸੇ ਬੁੱਕ ਨੇ ਨਹੀਂ ਪੜ੍ਹਾਉਣਾ ਐਸੇ ਕਰਕੇ YouTube ਤੇ ਤੁਹਾਨੂੰ ਲਾਈਵ ਲੈਕਚਰਸ ਕਰਾਏ ਜਾਂਦੇ ਆ ਔਰ ਇੱਕ ਸੌ ਖਾਓ ਮੇਰੇ ਨਾਲ ਜੇ ਮੇਰੀ ਟ੍ਰਿਕ ਤੁਹਾਨੂੰ ਪਸੰਦ ਆਈ ਤੁਸੀਂ ਘੱਟੋ-ਘੱਟ ਇਸ ਵੀਡੀਓ ਨੂੰ 15-15 ਵਾਰ ਆਪਣੇ ਦਿਲੋਂ ਸ਼ੇਅਰ ਕਰ ਦਿਓ ਨਹੀਂ ਤਾਂ ਨਹੀਂ ਕਰਨਾ ਠੀਕ ਹੈ ਜਦੋਂ ਵੀ ਤੁਹਾਨੂੰ ਯਾਦ ਰੱਖਣਾ ਹੈ ਪਾਈ ਦਾ ਕਨਸੈਪਟ ਆ ਜੇ ਜਦੋਂ ਵੀ ਕਾਹਦਾ ਕਨਸੈਪਟ ਆ ਜੇ ਪਾਈ ਦਾ 4 ਚੱਕੇ 11 ਨਾਲ ਡਿਵਾਈਡ ਕਰ ਦੋ ਉਹਨੂੰ ਸਵਾਲ ਵਿੱਚ 4 ਚੱਕੇ ਕਾਹਦੇ ਨਾਲ ਡਿਵਾਈਡ ਕਰ ਦੋ 11 ਨਾਲ ਹੁਣ 11 ਨਾਲ ਟ੍ਰਿਕ ਕੀ ਹੁੰਦੀ ਹੈ ਡਿਵਾਈਡ ਕਰਨ ਦੀ ਵੀ ਦੇਖ ਲਓ ਇਹ ਵੀ ਦੇਖ ਲਓ ਤੁਸੀਂ ਸਵਾਲਾਂ ਦੇ ਵਿੱਚ ਸਵਾਲ ਹਾਲਾਂਕਿ ਦੇਖੋ ਤੁਹਾਨੂੰ ਮੈਂ ਕਰਵਾਇਆ ਆ ਔਰ ਸਮਝ ਵੀ ਆਏਗਾ ਦੇਖੋ ਟ੍ਰਿਕ ਸਮਝ ਲਓ ਪਹਿਲੇ 11 ਦੇ ਡਿਵੀਜ਼ਨ ਕੀ ਹੁੰਦਾ ਹੈ ਜਿਵੇਂ 22 ਦਾ ਵੀ ਮੇਰੇ ਕੋਲੇ ਆ ਨੰਬਰ ਹੈ ਇਹ ਨੰਬਰ ਹੈ ਦੇਖੋ ਇੱਥੋਂ ਐ ਕਰਕੇ ਇੱਕ ਛੋਟ ਇੱਕ ਛੱਡ ਕੇ ਇੱਕ ਚੁੱਕ ਲੋ ਚੁੱਕ ਲਿਆ 6 ਤੇ 6 12 ਤੇ 4 ਕਿੰਨਾ ਹੋ ਗਿਆ 16 ਤੇ 9 ਕਿੰਨਾ ਹੋ ਗਿਆ ਤੁਹਾਡੇ ਕੋਲੇ 25 ਕਿੰਨਾ ਹੋ ਗਿਆ 25 ਹੋ ਗਿਆ ਹੁਣ ਹੋ ਗਿਆ 3 ਤੇ 3 6 6 ਤੇ 4 ਕਿੰਨਾ 10 ਇਹ ਦੋਨਾਂ ਨੂੰ ਘਟਾ ਦਿਓ ਤੁਹਾਡੇ ਕੋਲੇ ਕਿੰਨਾ ਬਚ ਗਿਆ 15 ਲੈਸ ਕਰਨ ਤੇ ਅਗਰ ਵੈਲਿਊ 0 ਆਵੇ ਜਾਂ ਤੁਹਾਡੇ ਕੋਲੇ 11 ਦਾ ਮਲਟੀਪਲ ਆਵੇ ਠੀਕ ਹੈ ਇਹ ਵਾਲਾ ਇੰਜ ਕਰਕੇ ਮਲਟੀਪਲ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਗੁਣਜ ਵੀ ਜਿਹੜਾ 11 ਦਾ ਪਹਾੜਾ ਆ ਜੇ ਜਾਂ 0 ਆ ਜੇ ਤਾਂ ਉਹ ਵੈਲਿਊ ਹਮੇਸ਼ਾ 11 ਤੋਂ ਪੱਕੀ ਪੱਕੀ ਡਿਵੀਜੀਬਲ ਹੋਏਗੀ ਦੋਸਤੋ ਇਹ ਕੰਮ ਕਰੋ ਕੁਝ ਨਹੀਂ ਕਰਨਾ ਯਾਰ ਫਟਾਫਟ ਸਾਨੂੰ ਨਹੀਂ ਲੈਣਾ ਦੇਣਾ ਆ ਕੀ ਇਹ ਸਾਨੂੰ ਨਹੀਂ ਲੈਣਾ ਦੇਣਾ ਆ ਕੀ ਹੈ ਇਹਨੂੰ 11 ਨਾਲ ਡਿਵਾਈਡ ਕਰਾਂਗੇ 11 ਪੰਜ 55 ਪਿੱਛੇ 43 ਬਚ ਗਿਆ ਭਾਗ ਨਹੀਂ ਜਾਏਗਾ 11 ਨਾਲ ਤਾਂ ਇਹ ਵੀ ਨਹੀਂ ਹੋਏਗਾ ਆਪਣੇ ਕੋਲੇ ਮਤਲਬ ਕਿ ਅਬਰਾਪ ਇਹਨਾਂ ਦਾ ਕਰਾਂਗੇ ਇਹਦਾ ਵੀ ਨਹੀਂ ਹੋਏਗਾ ਸੋ ਥੈਟ ਕਿ ਆਪਾਂ ਕਰਾਂਗੇ 8 ਤੇ 1 9 6 ਤੇ ਤੇ 9 ਲੈਸ ਹੋ ਗਿਆ 0 ਇਟ ਮੀਨਸ ਹੈ ਇਹ ਹੀ ਆਪਣਾ ਆਨਸਰ ਹੋਏਗਾ ਮਤਲਬ ਸਵਾਲ ਚੁੱਕੋ 11 ਨਾਲ ਡਾਇਰੈਕਟ ਡਿਵਾਈਡ ਕਰ ਦਿਓ ਜੇ ਤੁਹਾਡੇ ਕੋਲ ਕੰਡੀਸ਼ਨ ਫਸ ਜੇ ਤਾਂ ਤੁਸੀਂ ਡੀਡੀਐਫ ਵੀ ਲਾ ਦਿਓ ਹੁਣ ਆਪਾਂ ਨੂੰ ਦੇ ਇਹ ਸਵਾਲ ਦਿੱਤਾ ਹੈ ਕਿ ਕਿਹਨਾਂ ਕਿ ਹੋਲੋ ਸਿਲੰਡਰ ਟਿਊਬ ਕਿੰਨੀ 20 ਸੈਂਟੀਮੀਟਰ ਹੈ ਮੇਡ ਆਇਰਨ ਇਹ ਤੁਹਾਨੂੰ ਸਵਾਲ ਵਿੱਚ ਕਰਵਾਇਆ ਸੀ ਨਾ ਪਰੇਸ਼ਾਨ ਹੁੰਨੇਓ ਕੀ ਫਾਇਦਾ ਯਾਰ ਕੋਈ ਫਾਇਦਾ ਹੈ ਪਰੇਸ਼ਾਨ ਹੋਣ ਵਾਲੀ ਗੱਲ ਸਿੱਧਾ 11 ਨਾਲ ਡਿਵਾਈਡ ਕਰੋ ਗੱਲ ਖਤਮ ਹੈ ਇਹ 11 ਨਾਲ ਡਿਵਾਈਡ ਹੋਏਗਾ 5 ਤੇ 6 ਨਹੀਂ ਹੋਏਗਾ 8 ਤੇ 1 9 8 ਨਹੀਂ ਹੋਏਗਾ ਇਹ ਲੋ 444 ਹੋ ਗਿਆ 440 ਹੋ ਗਿਆ ਜੀ ਆਪਣਾ ਆਨਸਰ ਹੋ ਗਿਆ ਗੱਲ ਖਤਮ ਹੈ ਦੋਸਤੋ ਤੁਹਾਨੂੰ ਪਟਵਾਰੀ ਬਣਨ ਤੋਂ ਕਾਨੂੰਗੋ ਬਣਨ ਤੋਂ SSC ਕ੍ਰੈਕ ਕਰਨ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਢਾਲ ਸਕਦੀ ਬਿਨਾ ਕਿਸੇ ਫੰਡੇ ਲੌਜੀਕ ਤੋਂ ਤੁਸੀਂ ਡਾਇਰੈਕਟ ਆਨਸਰ ਕਰ ਸਕਦੇ ਹੋ ਇਹ ਕਹਿੰਦਾ ਕਿ ਆਇਰਨ ਪਾਈਪ ਹੈ ਇਹ 20 ਮੀਟਰ ਲੰਬੀ ਹੈ ਐਕਸਟੀਰੀਅਰ ਡਾਇਮੀਟਰ ਇਕੁਅਲ ਟੂ 25 ਸੈਂਟੀਮੀਟਰ ਹੈ ਇਹ ਕਹਿੰਦਾ ਥਿਕਨੈਸ ਕਹਿੰਦਾ 1 ਸੈਂਟੀਮੀਟਰ ਹੈ ਇਹ ਸਵਾਲ ਤੁਹਾਨੂੰ ਮੈਂ ਕਰਵਾ ਚੁੱਕਿਆ ਨਾ ਦੇਖੋ ਯਾਰ ਕਿੰਨੇ ਜ਼ਬਰਦਸਤ ਸਵਾਲ ਹੈ ਇਹ ਦੇਖੋ ਸਵਾਲ ਐਕਚੁਅਲ ਦੇ ਵਿੱਚ ਇਥੋਂ ਬਣਿਆ ਆ ਆਏ ਕਰਕੇ ਐਦਾਂ ਬਣੇਗਾ ਠੀਕ ਹੈ ਇਹ ਵਾਲਾ ਕਹਿੰਦਾ ਵੀ ਡਰਮ ਹੈ ਨਾ ਜਿਹੜਾ ਇਹ ਡਰਮ ਐਦਾਂ ਕਰਕੇ ਹੈ ਠੀਕ ਹੈ ਥਿਕਨੈਸ ਦੇ ਲਈ ਹੁਣ ਇੱਥੋਂ ਜਿਹੜੀ ਰੈਡੀਅਸ ਆਏਗੀ ਨਾ ਦੇਖੋ ਸਵਾਲ ਦੇ ਅੰਦਰ ਕੀ ਆਏਗਾ ਕਿ ਬਾਹਰੋਂ ਇੱਕ ਤਾਂ ਰੈਡੀਅਸ ਆਏਗੀ ਉਹ ਡੈਫੀਨਿਟਲੀ ਹੋਏਗੀ ਆਪਣੇ ਕੋਲੇ ਕਿਹੜੀ ਹੋਏਗੀ r1 ਹੋਏਗੀ ਬਾਹਰ ਵਾਲੀ ਆਪਾਂ r1 ਲਾ ਦਨੇ ਔਰ ਅੰਦਰ ਵਾਲੀ ਆਪਾਂ r2 ਕਰ ਦਨੇ ਕਲੀਅਰ ਹੋ ਗਿਆ ਨਾ ਮੇਰਾ ਕਨਸੈਪਟ ਹੁਣ ਦੇਖੋ ਅਗਰੇ ਕਹਿੰਦਾ ਵੀ ਡਾਇਮੀਟਰ 25 ਹੈ ਤਾਂ 25/2 ਤੁਹਾਡੇ ਕੋਲੇ ਕੀ ਹੋ ਜਾਏਗਾ ਐਕਸਟੀਰੀਅਰ ਹੋ ਜਾਏਗਾ ਮਤਲਬ ਮੈਂ IR ਕਰ ਦਾਂਗਾ ਅਤੇ ਇੰਟੀਰੀਅਰ ਅੰਦਰ ਦੀ ਕਿੰਨੀ ਹੋਏਗੀ ਤਾਂ ਮੈਂ IR ਕਰ ਦਿੰਨਾ ਤਾਂ IR ਚੋਂ ਆਪਾਂ ਕੀ ਕਰਾਂਗੇ 1 ਸੈਂਟੀਮੀਟਰ ਘਟਾ ਦਾਂਗੇ ਜੇ ਆਪਾਂ ਕਹਿੰਨੇ ਕਿ 12.5 ਤੇ 12.5 1 ਸੈਂਟੀਮੀਟਰ ਘਟਾ ਦਾਂਗੇ ਤੇ 11.5 ਅੰਦਰ ਦਾ ਤਾਂ ਇਹ ਇੰਨਾ ਚੱਕਰ ਕੌਣ ਕਰੇਗਾ ਕੌਣ ਕਰੇਗਾ ਸਿੱਧਾ 11 ਨੇ ਡਿਵਾਈਡ ਕਰੋ ਆਪਸ਼ਨ ਨੂੰ ਕਮੋਨ ਯਾਰ ਇਹ ਹੋਏਗਾ ਨਹੀਂ ਕਿੰਨਾ ਹੋ ਗਿਆ ਤੁਹਾਡੇ ਕੋਲ ਛੇ ਤਿੰਨ ਨੂੰ ਆਲੋਜੀ ਆਪਸ਼ਨ ਹੋ ਗਿਆ ਗੱਲ ਖਤਮ ਹੈ ਬਾਕੀ ਕੋਈ ਆਏਗਾ ਨਹੀਂ ਆਪਸ਼ਨ ਨੰਬਰ 2 ਜਾ ਗਿਆ ਅਨਸਰ ਆਪਣਾ ਦੋਸਤੋ ਬਹੁਤ ਇੰਪੋਰਟੈਂਟ ਫੰਡੇ ਲੌਜਿਕ ਟ੍ਰਿਕਸ ਨੇ ਅਗਰ ਤੁਹਾਡਾ ਦਿਲ ਮੰਨੇ ਤਾਂ ਤੁਸੀਂ ਬਸ ਨਾ ਧੂਆਂ ਠਾ ਦਿਓ ਕੋਕਾ ਜਮ ਠੀਕ ਹੈ ਬੰਬ ਬੱਸ ਸ਼ੇਅਰ ਕਰ ਦਿਓ ਯਾਰ ਹੋਰ ਕੋਈ ਕਮੀ ਨਹੀਂ ਹੋਣੀ ਚਾਹੀਦੀ ਠੀਕ ਹੈ ਨੈਕਸਟ ਆਪਣੇ ਕੋਲ ਜਿਵੇਂ ਆ ਸਵਾਲ ਤੁਹਾਨੂੰ ਮੈਂ ਕਰਵਾਏ ਸੀ ਅੱਜ ਦੇਖੋ ਕਿੰਨੇ ਜ਼ਬਰਦਸਤ ਸਵਾਲ ਨੇ ਲੰਬੇ ਵੀ ਨੇ ਪਰ ਤੁਸੀਂ ਕੀ ਕਰਨਾ ਹੈ 11 ਵਾਲਾ ਕੇਸ ਲੱਭ ਲਓ ਛੇ ਤਿੰਨ ਹੋਏਗਾ ਨਹੀਂ ਇਹ ਹੋਏਗਾ ਨਹੀਂ ਇਹ ਹੋਏਗਾ ਨਹੀਂ ਆਪਸ਼ਨ ਬਚ ਗਿਆ ਗੱਲ ਖਤਮ ਹੋ ਗਈ 56 9 9 ਤੇ 3 12 ਹੋਗੇ 6 6 12 ਹੋਗੇ অপশন મતલબ ਕਿ 12 ਚ 12 ਘਟਾ દਾਂ ਕਿੱਦਾਂ ਹੋਇਆ 6 9 ਇੱਧਰ ਦੇਖੋ ਇਹਨਾਂ ਦਾ ਜੋੜ ਕੀਤਾ 12 ਇਹਨਾਂ ਦਾ ਜੋੜ ਕੀਤਾ 12 12 ਚੋਂ 12 ਘਟਿਆ 0 0 ਜਿੱਥੇ ਆ ਗਿਆ 11 ਨਾਲ ਡਿਵਾਈਡ ਹੋਏਗਾ ਜਾਂ 11 ਦਾ ਪਹਾੜਾ ਆਜੇ ਤਦ ਵੀ ਹੋਏਗਾ ਕਲੀਅਰ ਹੈ ਦੱਸੋ ਅਗਲਾ ਸਵਾਲ ਦੱਸੋ ਫਟਾਫਟ ਨੰਬਰ ਆਫ ਸਫੀਰੀਕਲ ਬੁਲੇਟਸ ਥੈਟ ਕੈਨ ਬੀ ਮੇਡ ਆਊਟ ਆਫ ਸੋਲਿਡ ਕ్యూਬ ਐਂਡ ਹੂਜ ਐਸ ਮੇਜਰ 44 ਸੈਂਟੀਮੀਟਰ ਹੈ ਔਰ ਇਹ ਕਹਿੰਦਾ ਕਿ ਬੁਲੇਟ ਬੀਇੰਗ ਆਫ 4 ਸੈਂਟੀਮੀਟਰ ਡਾਇਮੀਟਰ ਹੈ ਸਿੱਧਾ ਚੁੱਪਚਾਪ ਕਰਕੇ 11 ਨਾਲ ਡਿਵਾਈਡ ਕਰ ਲਓ ਕਿੰਨਾ ਹੋ ਗਿਆ 4 ਤੇ 2 6 5 ਤੇ 6 ਆਪਸ਼ਨ ਨੰਬਰ ਪਹਿਲਾ ਹੋ ਗਿਆ ਬਾਕੀ ਕੋਈ ਆਪਸ਼ਨ ਨਹੀਂ ਗੱਲ ਖਤਮ ਆਪਸ਼ਨ ਹੈ ਮੇਰੇ ਪਹਿਲਾ ਆਨਸਰ ਹੋ ਗਿਆ ਚਲੋ ਜੀ ਦੋਸਤੋ ਇਹ ਧਮਾਕੇਦਾਰ ਸੈਸ਼ਨ ਹੈ ਇਹ ਤੁਹਾਨੂੰ ਦੱਸਿਆ ਜਾ ਰਿਹਾ ਹੈ ਇਹ ਰਿਹਾ ਤੁਸੀਂ ਫਟਾਫਟ ਮੈਨੂੰ ਇਹਦਾ ਆਨਸਰ ਦੱਸੋ ਕੀ ਹੋ ਸਕਦਾ ਕੁਇਕਲੀ ਤੁਹਾਡੇ ਤੇ ਟਾਸਕ ਹੈ ਤੁਹਾਡੇ ਤੇ ਜ਼ਿੰਮੇਵਾਰੀ ਹੈ ਤਾਂ ਇਹ ਅੱਜ ਦੀ ਸੀਰੀਜ਼ ਦਾ ਅੰਤਿਮ ਕੁਐਸਚਨ ਤੁਸੀਂ ਕਰੋਗੇ ਏ ਸੀ ਮੇਰੀ ਕੋਕਾ ਟ੍ਰਿਕ ਤੁਹਾਨੂੰ ਕਿਵੇਂ ਲੱਗੀ ਜੇ ਲੱਗੀ ਜਾਨਦਾਰ ਸ਼ਾਨਦਾਰ ਧਮਾਕੇਦਾਰ ਇੱਕਦਮ ਬੰਬ ਹੈ ਤਾਂ ਪਲੀਜ਼ ਇਸ ਘੱਟੋ ਘੱਟ ਵੀ 15-15 ਵਾਰ ਤੁਸੀਂ ਸ਼ੇਅਰ ਕਰੋਗੇ ਨਹੀਂ ਪਸੰਦ ਨਹੀਂ ਸ਼ੇਅਰ ਕਰਨਾ ਥੈਂਕ ਯੂ ਸੋ ਮਚ ਹੈਵ ਅ ਨਾਈਸ ਡੇ ਟੇਕ ਕੇਅਰ ਬਾਏ